ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜਾਣਦੇ ਭੁੱਲੇ ਤਾਂ ਨਹੀਂ, ਅੱਜ ਆਪਾਂ ਕਰਨ ਲੱਗੇ ਕਾਰ ਹੌਲਿੰਗ। ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ, ਆਪਾਂ ਨੂੰ ਲਿਸਟ ਮਿਲ ਗਈ ਆ, ਦੋ ਸਟੋਪ ਨੇ ਆਪਣੇ, 8 ਗੱਡੀਆਂ ਚੱਕਣੀਆਂ, ਅਤੇ ਕਿੱਦਾਂ ਲੋਡ ਕਰੀ ਦੀਆਂ, ਕਿੱਦਾਂ ਗੱਡੀ ਲੱਭਣੀ ਆ, ਵਿਨ ਮੈਚ ਕਰੀ ਦੀ ਆ, ਸਾਰਾ ਕੁਛ ਤੁਹਾਨੂੰ ਦੱਸਦਾ। ਡਰਾਈ ਵੈਨ ਹੋ ਗਿਆ, ਰੀਫਰ ਹੋ ਗਿਆ, ਫਲੈਟ ਬੈਡ ਹੋ ਗਿਆ, ਇਹ ਤੁਹਾਨੂੰ ਵੀਡੀਓ ਬਹੁਤ ਦੇਖੀ ਹੋਣਗੀਆਂ, ਬਟ ਮੈਨੂੰ ਤਾਂ ਨਹੀਂ ਲੱਗਦਾ ਕਿਸੇ ਪੰਜਾਬੀ ਨੇ ਵੀਡੀਓ ਬਣਾਈ ਹੋਊਗੀ ਕਾਰ ਹੌਲਿੰਗ ਦੀ। ਕਾਰ ਹੌਲਿੰਗ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿੱਦਾਂ ਸਿਕਿਓਰਮੈਂਟ ਕਰੀ ਦੀ ਆ, ਕੀ ਕੁਛ ਹੁੰਦਾ, ਸਾਰਾ ਪ੍ਰੋਸੀਜਰ ਦੱਸਦਾ। ਮੈਂ ਪਹਿਲਾਂ ਆਪਣਾ ਕੱਪੜੇ ਚੇਂਜ ਕਰ ਲਾਂ, ਕੱਪੜੇ ਗੰਦੇ ਗੰਦੇ ਹੋ ਜਾਂਦੇ ਆ ਗੱਡੀਆਂ ਚੜਾਉਣ ਚੜਾਉਣ ਦੇ। ਪਹਿਲੀ ਗੱਡੀ ਲੱਭ ਕੇ ਲਿਆਉਂਦੇ ਆ। ਹੈਲੋ ਕਰ ਦਿਓ, ਹੈਲੋ ਹੈਲੋ ਕਰੋ, ਇਹ ਹੈ ਕਰੋ ਮੀਆਂ, ਚੱਲ ਤੂੰ ਜਾ, ਚਲੋ ਗੱਡੀ ਲੈ ਕੇ ਆਉਣੀ ਪਹਿਲੀ। ਸਾਰੀਆਂ ਆਪਾਂ ਸਟੈਪਾਂ ਖੋਲ੍ਹ ਦਿੱਤੀਆਂ, ਅਤੇ ਪਹਿਲੀ ਗੱਡੀ ਆਪਾਂ ਉੱਤੇ ਚੜਾਉਣੀ ਆ, ਉਹਦੇ ਵਾਸਤੇ ਆਹ ਰੈਂਪ ਨੂੰ ਉਹਦੇ ਨਾਲ ਲਾਉਣਾ ਪਊਗਾ, ਰੈਂਪ ਨੂੰ ਉਹਦੇ ਨਾਲ ਲਾ ਦਈਏ ਪਹਿਲਾਂ, ਇਹਨਾਂ ਨਾਲ ਓਪਰੇਟ ਕਰਕੇ ਆਪਾਂ ਕਰ ਸਕਦੇ। ਠੀਕ ਆ, ਰੈਂਪ ਆਪਾਂ ਕਰਤਾ ਤਿਆਰ, ਅਤੇ ਹੁਣ ਆਪਾਂ ਪਹਿਲੀ ਬੇ ਦੇ ਵਿੱਚ ਜਾ ਕੇ 50 ਨੰਬਰ ਸਪੋਟ ਦੇ ਵਿੱਚ ਗੱਡੀ ਲੈ ਕੇ ਆਉਣੀ ਆ। ਗੱਡੀ ਮਿਲ ਗਈ ਆ ਆਪਣੀ, ਇੰਸਪੈਕਸ਼ਨ ਕਰਕੇ ਚੱਲਦੇ ਹਾਂ ਆਪਾਂ, ਕੋਈ ਸਕਰੈਚ ਸਕਰੂਚ ਨਾ ਹੋਵੇ ਬਸ। ਗੱਡੀ ਆਪਾਂ ਅੰਦਰੋਂ ਤਾਂ ਦੇਖ ਲਈ ਠੀਕ ਹੈ, ਇੱਕ ਵਾਰ ਬਾਹਰੋਂ ਰਾਊਂਡ ਮਾਰ ਲਈਏ, ਕੋਈ ਛੋਟਾ ਜਿਹਾ ਨਿਸ਼ਾਨ ਵੀ ਨਾ ਹੋਵੇ, ਜੇ ਕੋਈ ਵੀ ਨਿਸ਼ਾਨ ਹੈ ਨਾ ਤਾਂ ਆਪਾਂ ਉਹ ਮਾਰਕ ਕਰਨਾ ਪੈਣਾ। ਠੀਕ ਹੈ, ਜੇ ਕੋਈ ਵੱਡਾ ਡੈਮੇਜ ਫਿਰ ਆਪਾਂ ਚੱਕ ਨਹੀਂ ਸਕਦੇ। ਗੱਡੀ ਕਰੀਏ ਸਟਾਰਟ ਆਪਾਂ, ਹੁਣ ਆਪਾਂ ਨਿਕਲਦੇ ਹਾਂ ਟਰੱਕ ਵੱਲ, ਕਿਤੇ ਹੋਰ ਹੀ ਚੱਲ ਗਏ ਸੀ ਆਪਣਾ ਟਰੱਕ ਦਾ ਖੜਾ। ਪਹਿਲੀ ਗੱਡੀ ਆ ਗਈ ਸੈੱਟ, ਇਹਨੂੰ ਹੁਣ ਉੱਪਰ ਚੱਕ ਕੇ ਅਤੇ ਨੀਚੇ ਇੱਕ ਹੋਰ ਗੱਡੀ ਹੋਰ ਸੈੱਟ ਕਰ ਦਾਂਗੇ। ਆਹ ਦੇਖੋ ਆਪਣੀ ਪਹਿਲੀ ਗੱਡੀ ਉੱਪਰ ਚਲੀ ਗਈ, ਠੀਕ ਹੈ ਨਾ, ਦੂਜੇ ਦੇ ਨੀਚੇ ਆ ਜੂਗੀ। ਆਹ ਰੈਂਪ ਹੁਣ ਇਹਦੇ ਨਾਲ ਲਾਤਾ, ਅਤੇ ਆਪਾਂ ਲੋਕ ਵੀ ਲਾਤੇ, ਇੱਧਰ ਰਹਿ ਗਿਆ, ਲੋਕ ਲਾਉਣੇ ਬਹੁਤ ਜ਼ਰੂਰੀ ਆ, ਸਾਰਾ ਕੁਛ ਹਾਈਡਰੋਲਿਕ 'ਤੇ ਹੁੰਦਾ ਨਾ, ਕਈ ਵਾਰ ਹਾਈਡਰੋਲਿਕ ਵਾਲਾ ਫੇਰ ਹੋ ਜਾਣ ਅਤੇ ਹੌਲੀ ਹੌਲੀ ਨੀਚੇ ਆਉਣ ਲੱਗ ਜਾਣਗੇ। ਫਲੈਟ ਬੈਡ ਦੇ ਵਿੱਚ ਵੱਡਾ ਹੁੰਦਾ, ਇਹਦੇ 'ਚ ਛੋਟੀ ਆਪਣੇ ਕੋਲ ਹੁੰਦੀ ਆ ਡੰਡਾ ਜਿਹਾ, ਠੀਕ ਆ, ਇਹਦੇ ਨਾਲ ਸਾਰਾ ਕੁਛ ਕਰਨਾ ਹੁੰਦਾ। ਆਹ ਹੁੰਦੀਆਂ ਇਹਦੀਆਂ ਵਿੰਚਾਂ ਫਸਣ ਵਾਸਤੇ। ਚਲੋ ਗੱਡੀ ਹੋਰ ਲੈ ਕੇ ਆਉਂਦੇ ਆਪਾਂ, ਨੈਕਸਟ ਗੱਡੀ ਮਿਲ ਗਈ ਆਪਾਂ ਨੂੰ, ਆਹ ਖੜੀ ਆ, ਇਹਦੀ ਇੰਸਪੈਕਸ਼ਨ ਕਰ ਲਈਏ, ਫਿਰ ਇਹਨੂੰ ਲੈ ਕੇ ਆਉਣਾ ਟ੍ਰੇਲਰ 'ਤੇ। ਇਹ ਖਡਾਉਣੀ ਕਿੱਥੇ ਆ, ਪਹਿਲੀ ਵਾਲੀ ਦੇ ਨੀਚੇ ਦੀ, ਕਾਲੀ 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 ਕਾਲੀ, ਥੋੜ੍ਹੇ ਸੌਕੇ ਹੋ ਜਾਂਦੇ ਨੇ ਸਕਰੈਚ ਲੱਭਣੇ। ਬਹੁਤ ਟਾਈਮ ਬਾਅਦ ਮੈਂ ਇਹਨੂੰ ਗੱਡੀ ਆਈ ਆ, ਨਹੀਂ ਤਾਂ ਆਲਵੇਜ਼ ਆਟੋਮੈਟਿਕ ਹੁੰਦੀ ਆ। ਚਲੋ ਚੱਲਦੇ ਆ, ਇਹਨੂੰ ਲੈ ਕੇ ਜਾਂਦੇ ਹਾਂ, ਵੈਸੇ ਇੰਟੀਰੀਅਰ ਪਿਆਰਾ ਇਹਦਾ, ਹੈ ਨਾ ਜੀ। ਆਹ ਦੋਨੇ ਸੈੱਟ ਕਰਤੀਆਂ, ਹੁਣ ਬਾਕੀ ਲੈ ਕੇ ਆਉਂਦੇ ਹਾਂ। ਇਹ ਪਹਿਲਾਂ ਤਾਂ ਕੀਤੇ ਨੇ ਸਾਰੇ, ਤਾਂ ਲਾਸਟ ਡਿਲੀਵਰੀ ਕਰਨੀ ਇਹਨਾਂ ਦੀ ਮੈਂ, ਹਾਂ ਜੀ, ਸੈਕਿੰਡ ਨੰਬਰ 'ਤੇ। ਜਿਹੜੀਆਂ ਜਲਦੀ ਜਾਣਗੀਆਂ ਉਹ ਨੀਚੇ ਹੋਣਗੀਆਂ, ਅਤੇ ਉੱਪਰ ਨੰਬਰ ਪਹਿਲੀ, ਬਾਕੀ ਸਾਰੀਆਂ ਲਾਸਟ 'ਤੇ, ਬਸ ਇਹ ਦੇਖਣਾ ਪੈਂਦਾ, ਨਹੀਂ ਤਾਂ ਸਾਰੀਆਂ ਲਾਉਣੀਆਂ ਪੈਣਗੀਆਂ ਪਹਿਲੀ ਡਿਲੀਵਰੀ 'ਤੇ। ਹੁਣ ਪਹਿਲੀ ਤੋਂ ਅਸੀਂ ਲਾਵਾਂਗੇ ਜਿਹੜੀਆਂ ਸਭ ਤੋਂ ਪਹਿਲਾਂ ਹੋਣਗੀਆਂ। ਚਲੋ ਜੀ, ਬਾਕੀ ਚੱਕ ਲਈਏ, ਇੱਥੇ ਸ਼ਟਲ ਸਰਵਿਸ ਵੀ ਹੁੰਦੀ ਆ, ਦੇਖਦੇ ਹਾਂ ਜੇ ਕੋਈ ਮਿਲਦੀ ਆ, ਵੈਨਾਂ ਖੜ੍ਹੀਆਂ ਹੁੰਦੀਆਂ ਨੇਗੀਆਂ, ਉਹ ਆਪਾਂ ਛੱਡ ਦਿੰਦੇ ਨੇ ਆਪਣੀ ਆਇਲ 'ਚ, ਸ਼ਟਲ ਮੈਨੂੰ ਛੱਡ ਗਈ ਆ ਕੇ, ਬਿਲਕੁਲ ਲਾਸਟ 'ਤੇ ਸੀਗਾ, ਉੱਧਰ ਮੀਂਹ ਪਈ ਜਾਂਦਾ ਰੋਟੀ। ਇਸ ਦੇ ਵਿੱਚ ਇੱਕ ਗੱਲ ਹੈ ਬਸ, ਜਿਹੜੇ ਕੁੰਡੇ ਹੁੰਦੇ ਨੇ ਨਾ, ਜਿਵੇਂ ਆਹ ਟਾਇਰ ਇਹਦੇ ਬਾਹਰ ਨੂੰ ਇੱਧਰ ਨੂੰ ਹੋਣਗੇ, ਅਤੇ ਇੱਧਰੋਂ ਦੂਜੀ ਸਾਈਡ ਨੂੰ, ਇੱਦਾਂ ਦੋ ਤਿੰਨ ਚਾਰ ਤਾਂ ਹੋ ਗਈਆਂ ਪਹਿਲੀ ਡਿਲੀਵਰੀ ਦੀਆਂ, ਇੱਕ ਹੋਰ ਚੜ੍ਹਾ ਕੇ ਆਹ ਪਲੈਟਫਾਰਮ ਸਾਰਿਆਂ ਨੂੰ ਉੱਤੇ ਕਰਕੇ ਅਤੇ ਨੀਚੇ ਸੈੱਟ ਕਰ ਦਾਂਗੇ। ਆਹ ਬਾਈ ਨੇ ਤਾਂ ਕਰਤਾ, ਦੇਖੋ ਇੱਦਾਂ ਹੁੰਦਾ ਹੁੰਦਾ, ਆਹ ਮਾਹੌਲ ਹੁੰਦਾ ਵੀ, ਕਿੱਥੇ ਗਿਆ ਵੈਨ ਵਾਲਾ, ਹੈ ਨਹੀਂ ਗਾ, ਰੁਕੀ ਜਾਣਾ ਤੂੰ। ਪੰਜਵੀਂ ਗੱਡੀ ਮਿਲ ਗਈ, ਸੀ ਆਰ ਬੀ ਹਾਈਬ੍ਰਿਡ ਹੈ ਇਹ, ਪਹਿਲੀ ਵਾਰ ਮੈਂ ਗੱਡੀ ਹਾਈਬ੍ਰਿਡ ਚੱਕੀ, ਵੈਸੇ ਤਾਂ ਮੈਂ ਵੀ ਟੈਸਲਾ ਚਲਾਉਣਾ, ਬਟ ਮੈਨੂੰ ਪਤਾ ਨਹੀਂ ਸੀ ਕਿ ਹਾਈਬ੍ਰਿਡ ਹੈ, ਮੈਂ ਕਰੀ ਜਾਵਾਂਗਾ, ਸਟਾਰਟ ਨਹੀਂ ਹੋ ਰਹੀ, ਕੁਆਇਟ ਹੁੰਦੀਆਂ ਨੇ ਇਲੈਕਟ੍ਰਿਕ ਗੱਡੀਆਂ, ਮੈਂ ਹੁਣ ਤੁਹਾਨੂੰ ਦਿਖਾਉਣਾ। ਮੈਂ ਇਹਨਾਂ ਨੂੰ ਕਹਿਣ ਲੱਗਿਆ, ਮੈਂ ਕਿਹਾ ਜੰਪ ਸਟਾਰਟ ਕਰਨ ਦੀ ਲੋੜ ਹੈ, ਕਹਿੰਦੇ ਜੀ ਇਹ ਹਾਈਬ੍ਰਿਡ ਨਾ ਹੋਵੇ, ਜਦੋਂ ਦੇਖਿਆ ਇਹ ਹਾਈਬ੍ਰਿਡ ਆ, ਦੇਖਣ ਦਿਖਾਉਣਾ। ਗੱਡੀ ਸਟਾਰਟ ਹੋ ਗਈ, ਚੱਲਦੇ ਆਪਾਂ, ਕਿੱਦਾਂ ਲੰਘ ਰਿਹਾ ਕੰਮ, ਵਧੀਆ ਨਾ। ਮੈਨੂੰ ਬੈਸਟ ਚੀਜ਼ ਇਹਦੀ ਇਹ ਲੱਗਦੀ ਆ ਕਿ ਤੁਰਨਾ ਪੈਂਦਾ, ਉਹ ਟਰੈਕਿੰਗ ਦੇ ਵਿੱਚ ਬਿਲਕੁਲ ਨਹੀਂ ਕਰ ਜਾਂਦੇ ਸੀ ਕਈ, ਇਹ 'ਚ ਤਾਂ ਇੱਕ ਪਿਕਅਪ ਕਰਦੇ ਸਾਡੇ 10,000 ਸਟੈਪ ਤਾਂ ਹੋ ਹੀ ਜਾਂਦੇ ਮਿਨੀਮਮ, ਪਹਿਲੇ ਤਾਂ ਮੇਰੇ 20,000 ਹੋਏ ਸੀਗੇ,
वेट घटन लग चुका है। कितने कितने शटल लै लें गड्डी लगने वास्ते, कितने कितने तुर के आ जाने। जरूरी नहीं कि हर जगह शटल ही होवे, ये वड्डा यार्ड है, बहुत ज़्यादा वड्डा होंडा का, तां करके इत्थे शटल प्रोवाइड की हुई है। चलो हुण लैके जाइए गड्डी, आपां दो घंटे ऑलरेडी हो चुके हैं, जल्दी निकलिए। हाँ हुण मैं इत्थे दो घंटे दे विच ढाई घंटे दे विच पिकअप हो जाती है। जो फर्स्ट डे मैं पिकअप की सी ना, मैनू लगे सी पूरे अठ घंटे, फिर छे घंटे, हौली हौली घटता घटता, हुण कितने कितने जो फास्ट कराँ तो मैं डेढ़ घंटे विच ही कर लैना। अज मैं नाल नाल वीडियो बनाई इन्ना, मैंने दो घंटे ऑलरेडी हो चुके हैं, मतलब ढाई घंटे लगनगे मैं प्रोपर पिकअप करन च। चलो कोई ना, चलते हैं। हम उपर हो गई, नीचे चढ़ाने शुरू करती आप। 57 देखना सी। हाँ जी लास्ट गड्डी मिल गई आप, इंस्ट्रक्शन वगैरह कर ली, लास्ट गड्डी चढ़ा के एक बार मैं सारा दिखाना। मेरा जी तो करता सूँ ड्रोन शॉट करके दिखावा, बट थोड़ा मीह पै रहा, जो मीह हटता तो मैं सूँ ड्रोन शॉट बना के दिखा देंगा। तो फिलहाल लास्ट गड्डी है, चलते हैं तो दिखाना सारी सिक्योरमेंट किमें हुई है, किदा किदा होंगे। ये तो एवं होंगे गड्डी किदा तुम्हें प्लेस करनी है, फ्रंट फेस होना चाहिए, बैक फेस होना चाहिए। जी मेन प्रॉब्लम है ट्रैकिंग की, वह होंगी है कि हाइट प्रॉब्लम, हाइट की बहुत ज़्यादा प्रॉब्लम आती है। ये चल छोटी गड्डी नहीं सी वगैरह, जो मैं पिक्के वगैरह होंगे ने, रैपर वगैरह होंगे ने, वो जो पांच छे रैप्टर लगे चले बहुत ज़्यादा प्रॉब्लम आती है। हाइट 14 फुट तो उपर जाती ही जाती है, मेन प्रॉब्लम यदि हाइट होंगी है। हाइट ओके ऑलवर्ड, तो वोडी गड्डिया सूँ चासियां के संगल पा के डाउन करना पैंता, इन्होंने टायरों के पा के ऑलवर्ड, ठीक है ना। मेन प्रॉब्लम ही हाइट की होंगी है ट्रैकिंग, बाकी कुछ नहीं। देखो लास्ट गड्डी भी लाती आप, नीचे इदा का व्यू हों, बहरों निकल के खोना ना, विंडो च भी निकला पै निकलना पै जाता। चल मैं तो पतला निकल जाना, सारी गई हूँ इन्हों करना सिक्योर, पहले सिक्योर करते हैं स्टैपा के ना, फिर इन्हों सारे रैंपा नीवा करते हैं। बट उदू पहले आप लॉक लावे, लॉक ला के फिर आप रैंप नीचे करा, क्योंकि कई बार हाइड्रोलिक फेल हो जाए, हाइड्रोलिक हौली हौली नीचे आने लग जाएंगे, बट यदि सपोर्ट ना लोगों ना ये नीचे नहीं आने, बहुत जरूरी होंगे। चलो मैं करना सिक्योर, हूँ अपने रैंप जो अंदर पा दिए, इन्हें हम लोड़ नहीं है, देख लो भाई लोड कि लगता, नाइस आ। नीचे रैंप ही नीवे हो जाएंगे, फिर उपर नीवे करा, अब सैटिंग करती से पहले, उदू बाद चलते ऑफिस से अपना पेपर वर्क लेके आने। हो गई लोडिंग डन, हाइट अपनी सही है, 13.6 की हुई है, ठीक है ना, इन्नी की चाहिए होंगी है। ये अपना हाइट चेक कर सकते हैं, साढ़े को यंत्र आंदो, ठीक है जी, ऑल गुड। चलिए हम पेंसिलवेनिया, ऑल गुड। आए थे किन्ने लोग सके, 3 घंटे लग गए पूरे लोड करते करते, पंजाबी आया 1.5 घंटे मेरे नाल सेम लोड करके चला गया। प्रैक्टिस नाल नाल ना स्पीड बहुत वध जाती है। हाँ असी अपने वाला लॉक सारे लाते, कोई हाइड्रोलिक नीचे नहीं आऊगा, ठीक है जी। हुण आपां निकलते हैं, लेट्स गो। बहुत टाइम बाद व्लॉग बनाया, वधिया लग्या, लाइक ते सबसक्राइब कर दिओ, टाइम घट मिलदा कढ़िया करूँगा, टाइम पाया करूँगा, ब्लॉग चंगा जी, सत श्री अकाल।